ਜਥੇਦਾਰ ਜ਼ੋਰਾਵਰ ਸਿੰਘ ਤੇ ਜਥੇਦਾਰ ਫਤਿਹ ਸਿੰਘ ਦਰਬਾਰ ਵਿੱਚ ਔਰੰਗਜ਼ੇਬ ਤੇ ਵਜ਼ੀਰ ਖਾਨ ਨੂੰ ਪੇਸ਼ ਕਰੋ। ਕੋਈ ਔਰੰਗਜ਼ੇਬ ਬਣਨ ਲਈ ਤਿਆਰ ਹੀ ਨਹੀਂ ਹੋ ਰਿਹਾ। ਹਾਂ ਵੀਰ ਜੀ, ਕੋਈ ਵੀ ਵਜ਼ੀਰ ਖਾਨ ਨਹੀਂ ਬਣ ਰਿਹਾ। ਖਬਰਦਾਰ, ਇਸ ਵਕਤ ਅਸੀਂ ਕਿਸੇ ਦੇ ਵੀਰ ਜੀ ਨਹੀਂ, ਰਾਜਾ ਹਾਂ ਰਾਜਾ, ਉਹ ਵੀ ਬਹੁਤ ਗੁੱਸੇ ਵਾਲੇ ਰਾਜਾ। ਫਤਿਹ ਸਿੰਘ, ਰਾਜਾ ਤਾਂ ਬੜੇ ਗੁੱਸੇ ਵਾਲਾ ਹੈ। ਕੋਈ ਨਾ, ਕੱਲ ਸਾਡੀ ਵਾਰੀ ਹੈ। ਦੋਸ਼ੀਆਂ ਨੂੰ ਪੇਸ਼ ਕਰੋ, ਨਹੀਂ ਤੁਹਾਨੂੰ ਦੋਹਾਂ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ। ਰੁਕੋ ਰੁਕੋ ਖਾਲਸਾ ਜੀ, ਖਾਲਸਾ ਜੀ ਰੁਕੋ ਨਾ। ਸਿੰਘ ਜੀ, ਤੁਸੀਂ ਥੋੜੀ ਦੇਰ ਲਈ ਔਰੰਗਜ਼ੇਬ ਬਣ ਜਾਓ। ਤੁਸੀਂ ਵਜ਼ੀਰ ਖਾਨ ਬਣ ਜਾਓ। ਉਹ ਕੀ ਕਹਿ ਰਹੇ ਹੋ ਸਾਹਿਬਜ਼ਾਦੇ, ਮੈਂ ਕਿਉਂ ਬਣਾ ਔਰੰਗਜ਼ੇਬ? ਉਹ ਨਾ ਜੀ ਨਾ, ਵਜ਼ੀਰ ਖਾਨ ਤਾਂ ਸਾਡਾ ਦੁਸ਼ਮਣ ਹੈ, ਮੈਂ ਇੱਕ ਦੁਸ਼ਮਣ ਕਦੇ ਨਾ ਬਣਾ। ਉਹ ਤਾਂ ਇੰਨਾ ਨੀਚ ਹੈ ਕਿ ਜੇ ਕਿਤੇ ਉਹ ਸਾਨੂੰ ਦਿਸ ਜਾਏ ਅਸੀਂ ਤਾਂ ਉਹਨੂੰ ਉੱਥੇ ਢਾ ਲਈਏ। ਸਿੰਘ ਜੀ, ਸਿੰਘ ਜੀ, ਸਿੰਘ ਜੀ, ਬਣ ਜਾਓ ਨਾ, ਬਣ ਜਾਓ ਨਾ। ਗੰਗੂ, ਗੰਗੂ ਇੱਧਰ ਆਓ, ਇੱਧਰ ਆਓ ਨਾ। ਠੀਕ ਹੈ, ਐ ਕਰੋ ਗੰਗੂ, ਥੋੜੀ ਦੇਰ ਲਈ ਔਰੰਗਜ਼ੇਬ ਬਣ ਜਾਓ। ਨਹੀਂ ਨਹੀਂ ਸਾਹਿਬਜ਼ਾਦੇ, ਗੰਗੂ ਗੁਰੂ ਮਾਤਾ ਜੀ ਨੇ ਜਲਦੀ ਬੁਲਾਇਆ ਹੈ। ਤੁਸੀਂ ਆਪਣੇ ਪਿੰਡ ਖੇੜੀ ਜਾਣਾ ਹੈ ਨਾ? ਜੇਕਰ ਤੁਸੀਂ ਸਾਡੀ ਗੱਲ ਮੰਨੋਗੇ ਤਾਂ ਅਸੀਂ ਗੁਰੂ ਮਾਤਾ ਜੀ ਨੂੰ ਕਹਿ ਕੇ ਤੁਹਾਨੂੰ 8 ਦਿਨਾਂ ਦੀ ਛੁੱਟੀ ਦਵਾ ਦੇਵਾਂਗੇ। ਜੀ ਇਹ ਗੱਲ ਤੇ ਫਿਰ ਠੀਕ ਹੈ। ਵਜ਼ੀਰ ਖਾਨ ਬਣ ਜਾਓ। ਵਜ਼ੀਰ ਖਾਨ ਹੀ ਔਰੰਗਜ਼ੇਬ? ਨਹੀਂ ਵਜ਼ੀਰ ਖਾਨ, ਮੈਂ ਇਸ ਨੂੰ ਪਹਿਲਾਂ ਦੇਖਿਆ ਸੀ। ਉਹ ਪਹਿਲਾਂ ਤੁਸੀਂ ਦੋਵੇਂ ਭਰਾ ਫੈਸਲਾ ਕਰ ਲਓ ਕਿ ਮੈਂ ਵਜ਼ੀਰ ਖਾਨ ਹਾਂ ਜਾਂ ਔਰੰਗਜ਼ੇਬ। ਉਸ ਦਾ ਫੈਸਲਾ ਅਸੀਂ ਕਰਾਂਗੇ, ਸਾਨੂੰ ਪਹਿਲਾਂ ਔਰੰਗਜ਼ੇਬ ਦੀ ਜ਼ਰੂਰਤ ਹੈ। ਹਾਂ ਤਾਂ ਮਹਾਰਾਜ, ਔਰੰਗਜ਼ੇਬ ਹਾਜ਼ਰ ਹੈ। ਔਰੰਗਜ਼ੇਬ, ਤੁਹਾਨੂੰ ਅਸੀਂ ਆਪਣੇ ਗੁਰੂ ਦਾਦਾ ਜੀ ਦੇ ਕੀਤੇ ਜ਼ੁਲਮ ਦੀ ਸਜ਼ਾ ਦੇਣਾ ਚਾਹੁੰਦੇ ਹਾਂ, ਪਰ ਅਸੀਂ ਹੱਥੇ ਤੇ ਵਾਰ ਨਹੀਂ ਕਰਦੇ, ਤੁਹਾਨੂੰ ਸਾਡੇ ਨਾਲ ਯੁੱਧ ਕਰਨਾ ਪਵੇਗਾ। ਜੇ ਤੁਸੀਂ ਜਿੱਤ ਗਏ ਤਾਂ ਸਜ਼ਾ ਮਾਫ, ਜੇਕਰ ਅਸੀਂ ਜਿੱਤ ਗਏ ਤਾਂ ਤੁਹਾਨੂੰ ਸਾਡਾ ਮੁਲਕ ਛੱਡ ਕੇ ਜਾਣਾ ਪਵੇਗਾ। ਮਹਾਰਾਜ, ਮੇਰੀ ਔਕਾਤ ਨਹੀਂ ਹੈ ਯੁੱਧ ਜਿੱਤਣ ਦੀ, ਮੈਂ ਬਿਨਾਂ ਯੁੱਧ ਕੀਤੇ ਹੀ ਤੁਹਾਡਾ ਮੁਲਕ ਛੱਡ ਕੇ ਜਾਣ ਲਈ ਤਿਆਰ ਹਾਂ। ਬਹੁਤ ਦੇਰ ਹੋ ਗਈ ਹੈ, ਗੁਰੂ ਮਾਤਾ ਜੀ ਮੈਨੂੰ ਗੁੱਸੇ ਹੋਣਗੇ। ਮਹਾਰਾਜ, ਔਰੰਗਜ਼ੇਬ ਤਾਂ ਭੱਜ ਗਿਆ। ਦੇਖ ਲਿਓ, ਇੱਕ ਦਿਨ ਸਾਰੇ ਮੁਗਲ ਇਸੇ ਤਰ੍ਹਾਂ ਸਾਡੇ ਮੁਲਕ ਨੂੰ ਛੱਡ ਕੇ ਭੱਜ ਜਾਣਗੇ। ਮਹਾਰਾਜ, ਬਹੁਤ ਮਿਹਨਤ ਕੀਤੀ ਹੈ ਤੁਸੀਂ, ਔਰੰਗਜ਼ੇਬ ਤਾਂ ਭੱਜ ਗਿਆ, ਹੁਣ ਤੁਹਾਨੂੰ ਭੁੱਖ ਲੱਗੀ ਹੋਵੇਗੀ, ਚਲੋ ਚੱਲ ਕੇ ਕੁਝ ਖਾ ਲਓ। ਨਹੀਂ, ਹਾਲੇ ਸਾਨੂੰ ਬਹੁਤ ਕੰਮ ਹੈ। ਸੋਚ ਲੋ ਮਹਾਰਾਜ, ਮੱਖਣ ਨਾਲ ਗਰਮ ਗਰਮ ਚੂਰੀ ਤਿਆਰ ਹੈ, ਕੀ ਖਿਆਲ ਹੈ? ਮੱਖਣ ਤੇ ਚੂਰੀ? ਚੂਰੀ ਮੱਖਣ, ਚੂਰੀ ਮੱਖਣ, ਦਰਬਾਰ ਬਰਖਾਸਤ ਕੀਤਾ ਜਾਂਦਾ ਹੈ। ਪੰਜੇ ਦਾ